ਹਾਂਜੀ ਹੁਣ ਹੋਇਆ ਟਾਈਮ 12 ਵੱਜ ਗਏ। ਇੱਧਰ ਬਾਥਰੂਮਾਂ ਦੀ ਸਫਾਈ ਹੋ ਰਹੀ ਹੈ। ਇੱਕ ਬਾਥਰੂਮ ਫੜਿਆ ਹੋਇਆ ਕੋਮਲ ਨੇ, ਡੀਪ ਕਲੀਨਿੰਗ ਜੀ। ਸਾਰਿਆਂ ਨੂੰ ਅੱਜ ਦਾ ਅਸੀਂ ਵਲੌਗ ਸ਼ੁਰੂ ਕਰਨ ਲੱਗੇ ਹਾਂ। ਇਸ ਟਾਈਮ ਵੱਜ ਗਿਆ 8:30 ਅਤੇ ਬਾਹਰ ਬਾਰਿਸ਼ ਹੋ ਰਹੀ ਹੈ। ਬਹੁਤ ਵਧੀਆ ਮੌਸਮ ਹੋਇਆ ਪਿਆ, 2 ਦਿਨ ਬਹੁਤ ਗਰਮੀ ਸੀਗੀ ਅਤੇ ਬਾਰਿਸ਼। ਅਤੇ ਹੁਣ ਮੈਂ ਕੱਲ੍ਹ ਵਾਲਾ ਵਲੌਗ ਐਡਿਟ ਕਰਕੇ ਹਟੀ ਸੀ, ਉਹ ਕੱਲ੍ਹ ਐਂਡ ਨਹੀਂ ਕੀਤਾ ਸੀ, ਅੱਜ ਕੀਤਾ ਫਿਰ। ਅਤੇ ਹੁਣ ਮੈਂ ਬਣਾਉਣ ਲੱਗੀ ਹਾਂ ਬ੍ਰੇਕਫਾਸਟ, ਨਾਲ ਨਾਲ ਕਰਾਂਗੇ ਐਕਸਰਸਾਈਜ਼ ਅਤੇ ਦੇਖਦੇ ਹਾਂ ਹੁਣ ਫਿਰ ਅੱਗੇ ਕੀ ਕੰਮ ਹੁੰਦਾ। ਹੁਣ ਚਾਹ ਚੂ ਪੀ ਲਈ ਸੀ ਮੈਂ ਅਤੇ ਫਿਰ ਮੈਂ ਕਿਹਾ ਹੁਣ ਵਲੌਗ ਸ਼ੁਰੂ ਕਰ ਲਈਏ। ਅਤੇ ਅੱਜ ਦੇ ਕੰਮ ਹੈਗੇ ਆ ਕਾਫੀ ਜ਼ਿਆਦਾ ਕਰਨ ਵਾਲੇ। ਬਾਰਿਸ਼ ਪੈਣ ਲੱਗ ਗਈ, ਬਾਹਰ ਵੀ ਜਾਣਾ ਸੀ ਮਾਰਕੀਟ ਅਤੇ ਸਮਾਨ ਸਮੂਨ ਲੈਣਾ ਸੀਗਾ। ਉਸ ਦਿਨ ਸੰਡੇ ਨੂੰ ਅੱਧਾ ਕੰਮ ਹੋਇਆ ਸੀ, ਅੱਧਾ ਰਹਿ ਹੀ ਗਿਆ ਫਿਰ। ਅਤੇ ਹੁਣ ਫਿਰ ਕਰਦੇ ਹਾਂ। ਭੂਆ ਬੈਠਾ, ਰੋਟੀ ਖਾ ਲਈ, ਇਹਨੂੰ ਮੈਂ ਦੇ ਦਿੱਤੀ ਸੀ, ਪਈ ਸੀਗੀ। ਹੁਣ ਮੈਂ ਆਟਾ ਗੁੰਨਣਾ, ਰੋਟੀ ਬਣਾਉਣੀ ਹੈ, ਹੋਰ ਇੱਕ ਰੈਸਪੀ ਵੀ ਬਣਾਉਂਗੇ। ਇੱਧਰ ਕੋਮਲ ਸੁੱਤੀ ਪਈ ਹੈ, ਇੱਧਰ ਸਵੀਟੀ ਸੋ ਰਹੀ ਹੈ ਅਤੇ ਇਹਨਾਂ ਨੂੰ ਉਠਾਉਂਦੀ ਹਾਂ ਹੁਣ 9 ਵਜੇ। ਇਹ ਤਾਂ ਹੁਣੇ ਪਈ ਕੋਮਲ ਤਾਂ। ਬਾਹਰ ਦੇਖੋ ਬਾਰਿਸ਼ ਪੈ ਰਹੀ ਹੈ ਅਤੇ ਅੱਜ ਵਧੀਆ ਜੀ ਕੋਈ ਰੈਸਪੀ ਬਣਾਉਂਦੇ ਹਾਂ ਬਾਰਿਸ਼ ਦੇ ਵਿੱਚ। ਦੇਖਦੇ ਮੈਂ ਬਣਾਏ ਨੇ ਇੱਧਰ ਆਲੂ ਦੇ ਪਰਾਂਠੇ, ਅੱਜ ਸਵੀਟ ਕੋਰਨਸ ਪਾ ਕੇ ਇਹਦੀ ਰੈਸਪੀ ਬਣਾਈ ਹੈ ਮੈਂ। ਬਹੁਤ ਵਧੀਆ, ਬਹੁਤ ਟੇਸਟੀ ਬਣਿਆ। ਅੱਜ ਬਾਰਿਸ਼ ਸੀਗੀ, ਫਿਰ ਆਲੂ ਉਬਾਲੇ ਮੈਂ। ਮੈਂ ਕਿਹਾ ਚਲੋ ਅੱਜ ਆਲੂ ਦੇ ਪਰਾਂਠੇ ਬਣਾਉਂਦੇ ਹਾਂ, ਚਟਨੀ ਪਾਈ ਸੀ ਪੁਦੀਨੇ ਵਾਲੀ, ਇਹਦੇ ਨਾਲ ਖਾਵਾਂਗੇ। ਹੁਣ ਬ੍ਰੇਕਫਾਸਟ ਕਰਦੇ ਹਾਂ ਅਤੇ ਫਿਰ ਉਸ ਤੋਂ ਬਾਅਦ। ਹਾਂਜੀ ਹੁਣ ਹੋਇਆ ਟਾਈਮ 12 ਵੱਜ ਗਏ, ਇੱਧਰ ਬਾਥਰੂਮਾਂ ਦੀ ਸਫਾਈ ਹੋ ਰਹੀ ਹੈ। ਇੱਕ ਬਾਥਰੂਮ ਫੜਿਆ ਹੋਇਆ ਕੋਮਲ ਨੇ, ਡੀਪ ਕਲੀਨਿੰਗ ਬਾਥਰੂਮ ਵਾਸ਼ਰੂਮਾਂ ਦੀ, ਅਤੇ ਉੱਧਰ ਫੜਿਆ ਹੋਇਆ ਸਵੀਟੀ ਨੇ। ਦੋਨੋਂ ਨੇ ਇੱਕ ਇੱਕ ਲਿਆ ਹੋਇਆ ਆਪਣਾ ਕਰਨ ਵਾਸਤੇ। ਇੱਧਰ ਕੋਮਲ ਲੱਗੀ ਹੋਈ ਹੈ ਸਾਫ਼ ਕਰਨ। ਉੱਧਰ ਕਰਤਾ ਸਾਫ਼ ਵਾਸ਼ੇਸ਼ਨ, ਵਾਸ਼ੇਸ਼ਨ ਸਾਫ਼ ਕਰਤਾ, ਸ਼ੀਸ਼ਾ ਵੀ ਸਾਫ਼ ਕਰਤਾ, ਚਮਕਾ ਤਾ ਸ਼ੀਸ਼ਾ ਕੋਮਲ ਨੇ, ਐਂ ਦੇਖ ਲਿਆ ਹੈ ਨਾ ਕੋਮਲ। ਆ ਵੀ ਉਹ ਵੀ ਕਰਨੀ ਸੀ ਉਹ, ਚਲੋ ਕਰਨੀ ਹੈ। ਹਾਂ ਠੀਕ ਹੈ ਠੀਕ ਹੈ ਠੀਕ ਹੈ। ਉੱਧਰ ਸਵੀਟੀ ਦਾ ਦਿਖਾਉਂਦੇ ਹਾਂ, ਸਵੀਟੀ ਉੱਧਰ ਲੱਗੀ ਹੋਈ ਹੈ, ਚਾਹ ਬਣ ਰਹੀ ਹੈ, ਇੱਧਰ ਰੋਟੀ ਖਾ ਰਹੀ ਹੈ। ਇੱਧਰਲੇ ਵਾਸ਼ਰੂਮ 'ਚ ਸਵੀਟੀ ਲੱਗੀ ਹੋਈ ਹੈ, ਉੱਧਰ ਕੋਮਲ ਲੱਗੀ ਹੋਈ ਸੀ, ਇਹਨੇ ਹੱਥ ਨਾਲ ਧੋਣ ਵਾਲੇ ਕੱਪੜੇ ਧੋਤੇ। ਮਸ਼ੀਨ ਵਾਲੇ ਹੋ ਗਏ, ਇੱਧਰ ਦਾ ਸਵੀਟੀ ਨੇ ਕੀਤਾ ਸਾਫ਼। ਦੋਨੋਂ ਵਾਸ਼ਰੂਮਾਂ ਦੀ ਅੱਜ ਡੀਪ ਕਲੀਨਿੰਗ ਹੋ ਰਹੀ ਹੈ। ਤੂੰ ਕਰਤਾ ਸਾਰਾ ਫਰਸ਼, ਕੀ ਕਰਨਾ? ਅੱਛਾ ਪਾਣੀ ਭਰ ਗਿਆ, ਵਾਸ਼ੇਸ਼ਨ ਕਰਤਾ। ਕੋਮਲ ਨੇ ਵੀ ਸ਼ੀਸ਼ਾ ਚਮਕਾ ਦਿੱਤਾ, ਐਨ ਟ੍ਰੇਂਡ ਕਰਤੀ ਤੂੰ ਕੋਮਲ ਹੈ। ਆਹੋ ਇੱਧਰ ਮਸ਼ੀਨ ਦੇਖਦੇ ਹਾਂ, ਮਸ਼ੀਨ ਵੀ ਲਾਈ ਹੋਈ ਹੈ ਅੱਜ। ਤਿੰਨ ਬਸ ਹੋ ਹੀ ਗਏ, ਆਉਣ ਵਾਲੇ ਹੀ ਆ, ਵੀ ਕੱਢਣੇ ਆ, ਕੱਢ ਕੇ ਫਿਰ ਦੂਜੇ ਪਾਉਣੇ ਆ। ਇਹ ਸਾਰੇ ਧੋਣ ਵਾਲੇ ਹੀ ਆ ਇਹ ਸਾਰੇ। ਇੱਧਰ ਵੀ ਉੱਪਰੋਂ ਨਾ ਏਸੀ ਦਾ ਪਾਣੀ ਗਿਰਦਾ ਇਹਦੇ ਉੱਪਰ, ਮੈਂ ਕਵਰ ਕਰ ਲੂੰ ਬਸ। ਹੁਣ ਕੱਢ ਹੀ ਲੈਣੇ ਕੱਪੜੇ ਇਹਦੇ ਚੋਂ, ਹੈਂ। ਇੱਧਰ ਆ ਵੀ ਕਰਨੀ ਸੀ ਸਫਾਈ ਪਿੱਛੇ ਤੋਂ, ਉਹ ਚੱਕ ਲੈ ਚਾਦਰ ਧੋਣ ਵਾਲੀ ਹੋਈ ਹੈ, ਲੈ ਸਾਫ਼ ਕਰਕੇ ਆਈ। ਮਸ਼ੀਨ ਹੋ ਗਈ ਹੈ ਬਸ, ਇਹ ਹੱਥ ਨਾਲ ਧੋਤੇ ਸਾਰੇ। ਚੱਲ ਸੁੱਕਣਾ ਪਾ ਦੇ ਇਹਨਾਂ ਨੂੰ ਫਿਰ, ਬਾਰਿਸ਼ ਤਾਂ ਹਟ ਗਈ ਹੈ, ਅੰਦਰ ਹੀ ਪਾਉਣੇ ਪੈਣੇ। ਖਾਲੀ ਔਰ ਲੈਣੀ ਰੋਟੀ, ਚਾਹ ਬਣ ਗਈ ਹੈ ਬਸ, ਚਾਹ ਦੇ ਰਹੀ ਹਾਂ ਤੇਰੇ ਕੋਲ। ਸੁਨੀਤਾ ਨੇ ਕੰਮ ਕਰ ਲਿਆ, ਹੁਣ ਮੈਂ ਚਾਹ ਦਿੰਦੇ ਹਾਂ, ਰੋਟੀ ਖਾ ਲਈ ਨੇ। 12 ਵੱਜ ਗਏ, ਕਿਤਨਾ ਟਾਈਮ ਹੋ ਗਿਆ ਸੁਨੀਤਾ? 1 ਵੱਜ ਗਿਆ ਅੱਜ, ਅੱਜ ਤੂੰ ਲੇਟ ਆਈ ਹੈ। ਮੈਂ ਤਾਂ ਸੋਚਾ ਆਉਣਾ ਨਹੀਂ ਹੈ, ਸਵੀਟ ਕਰਨੇ ਲੱਗੀ ਸੀ, ਕਹਿਤੀ ਪਤਾ ਨਹੀਂ ਆਂਟੀ ਆਏਗੀ ਕਿ ਨਹੀਂ। ਮੈਨੂੰ ਕਿਹਾ ਚੱਲ ਕਰ ਲੈ ਤੂੰ, ਉਹ ਸਲਵਾਰ ਅਲੱਗ ਧੋਤੀ ਹੈ, ਰੰਗ ਜਾਂਦਾ ਹੋਣਾ ਇਹਦਾ, ਹੈ ਨਾ। ਅੱਛਾ ਇਹਨੂੰ ਉਹਦੇ ਧੁੱਪ 'ਚ ਕਰ ਦੇ ਫਿਰ, ਦੇਖ ਕੇ ਨਾ ਫਿਰ, ਜੇ ਬਾਰਿਸ਼ ਆਈ ਅੰਦਰ ਕਰ ਦੂੰਗੇ, ਧੁੱਪ ਲੱਗ ਜੂ ਕੱਪੜਿਆਂ ਨੂੰ ਨਾ ਫਿਰ। ਇੱਥੇ ਕੀ ਕਰਦੇ ਬਸ, ਜਿਹੜੇ ਨੁੱਚੜਨੇ ਵਾਲੇ ਆ ਉਹ
ਡਰਾਈ ਤਾਂ ਕਰ ਲੈਂਦੀ ਮਸ਼ੀਨ ਚ, ਸਿਰਫ ਸਪਿਨ ਕਰ ਲੈ ਛੇਤੀ ਸੁੱਕ ਜੂਗੇ, ਕੱਲੇ ਸਪਿਨ ਕਰ ਲੈ ਬਸ, ਉਹ ਵਾਲੇ ਕੱਢ ਦੇ ਹੋ ਗਏ, ਇਹਨਾਂ ਨੂੰ ਸਪਿਨ ਕਰਕੇ ਫੇਰ ਲਿਆ, ਕਿਉਂਕਿ ਬਾਰਿਸ਼ ਵਾਲਾ ਮੌਸਮ ਹੈ ਫਿਰ ਸੁੱਕਦੇ ਨੀ ਆ। ਨਹੀਂ ਨਹੀਂ ਹੋਰ ਰੰਗ ਵਾਲੇ ਨਾ ਕਰੀ, ਇਹ ਵਾਲੇ ਕਰ ਲੈ, ਉਹ ਵਾਲੇ ਕੱਢ ਕੇ ਇੱਥੇ ਰੱਖ ਦੇ ਬੈਡ ਪਰ, ਉਹ ਮੈਂ ਚੱਕ ਲੈਂਦੀ ਹਾਂ, ਸੁੱਕਣਾ ਪਾ ਦਿੰਦੀ ਹਾਂ। ਇਹ ਆਲੂ ਪਏ, ਕੋਰਨਸ ਪਏ, ਇਹਨਾਂ ਨੂੰ ਵੀ ਰੱਖਾਂ ਢੱਕ ਕੇ, ਬੱਚੇ ਹੋਏ ਆ ਹੁਣ ਇਹਨਾਂ ਦੀ, ਹਜੇ ਮੈਂ ਇੱਕ ਰੈਸਿਪੀ ਹੋਰ ਬਣਾਉਣੀ ਹੈ ਇਹਨਾਂ ਦੀ, ਤੇ ਹੁਣ ਬਣਾ ਲਈ ਚਾਹ ਸੁਨੀਤਾ ਲਈ, ਪਾਣੀ ਹੈ ਕੱਪ ਚ ਦੇ ਦਵਾਂ, ਪਾਣੀ ਪਾਣੀ ਦੂ ਲੈ ਲੈ ਫਿਰ ਪਾਣੀ, ਹਮਨੇ ਉਹ ਮਟਕਾ ਤੋਂ ਉਠਾ ਦਿਆ, ਬਰਸਾਤ ਹੈ ਨਾ, ਬਰਸਾਤ ਮੇ ਫਿਰ ਉਹ ਸਹੀ ਨਹੀਂ ਹੋਤਾ ਪਾਣੀ ਉਸਕਾ ਨਾ, ਤੋ ਫਰਿੱਜ ਮੇ ਸੇ ਲੈ ਕੇ ਆਧਾ ਆਧਾ ਕਰ ਲੈ, ਮਿਕਸ ਕਰ ਲੈਣਾ, ਗਲਾਸ ਇਧਰ ਹੋ ਗਿਆ, ਕਿਉਂਕਿ ਮਟਕੇ ਕਾ ਉਹ ਨਾ ਉਹ ਸਫਾਈ ਕਰਨ ਵਾਲਾ ਹੋ ਗਿਆ ਥਾ ਬਹੁਤ, ਇਹ ਲੈ ਗਲਾਸ ਬੋਤਲ ਨਿਕਾਲ ਲੈ, ਇਸਮੇ ਡਾਲ ਦੇ ਅਬ ਫਿਰ ਮਿਕਸ ਕਰਕੇ ਹੀ ਪੀਤੇ ਹੈ, ਬਸ 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 ਥੋੜੀ ਸੀ ਚਾਏ ਬੱਚੇ, ਹਮਨੇ ਤੋ ਅਭੀ ਪੀ ਸੀ, ਅਭੀ ਪੀ ਕੇ ਹਟੇ ਹਮਨੇ, ਮੈਨੇ ਪਰੌਂਠੇ ਬਣਾਏ ਥੇ ਆਜ ਆਲੂ ਵਾਲੇ, ਤੋ ਉਸਮੇ ਫਿਰ ਚਾਏ ਕੇ ਸਾਥ ਹੀ ਖਾਏ ਫਿਰ ਹਮਨੇ। ਹਾਂਜੀ ਹੈਲੋ ਜੀ, ਇਸ ਟਾਈਮ ਵੱਜ ਗਏ ਆ 6:30, ਮਾਈਲੀ ਇੱਥੇ ਬੈਠੀ ਹੈ, ਆਪੂ ਇਹ ਘੁੰਮ ਰਿਹਾ, ਸਵੀਟੀ ਕਿਆ ਕਰ ਰਹੀ ਹੈ, ਸਵੀਟੀ ਕਰਤਾ ਪੇਂਟ, ਦੂਜਾ ਸੂਟ ਪੇਂਟ ਹੋ ਗਿਆ, ਸੋਹਣਾ ਲੱਗ ਰਿਹਾ ਹੈ, ਚੇਂਜ ਹੋ ਜਾਂਦੀ ਹਾਂ, ਵਧੀਆ ਬਸ ਬਾਹਾਂ ਤੇ ਵੀ ਕਰਦੀ, ਮਾਈਲੀ ਮਿਲਦੀ ਪਈ ਪਾਪਾ ਨੂੰ, ਮਾਈਲੀ ਸੋਹਣੀ ਹੈ, ਮਾਈਲੀ ਕੋਮਲ ਕਿਆ ਮੇਰਾ ਕੋਮਲ ਦਾ ਪੇਂਟ ਹੋਇਆ, ਆਹੋ ਇਹਦਾ ਹੀ ਸ਼ੂਟ ਕੀਤਾ ਸੀ ਪਹਿਲਾਂ ਪੇਂਟ, ਕਿੱਧਰ ਗਈ, ਇਹਨਾਂ ਨਾਲ ਨਾ ਫਿਰ ਪ੍ਰੈਕਟਿਸ ਹੋ ਜੂਗੀ ਨਾ, ਹਾਂ ਕਾਹ ਜਾਈਏ ਮਾਈਲੀ ਕੋ, ਨਹੀਂ ਦੇਣਾ ਇੰਨਾ ਨੀ ਦੇਣਾ, ਹਜੇ ਵੀ ਉਧਰ ਨੂੰ ਦੇਖਦੀ ਸਟੋਰੇਜ ਕਿੱਥੇ ਗਈ ਕਹਿੰਦੀ ਮੇਰੀ। ਹੈਲੋ ਜੀ, ਇਸ ਟਾਈਮ ਵੱਜ ਗਏ 10 ਤੇ ਅਸੀਂ ਸੌਣ ਲੱਗੇ ਆ, ਹੁਣ ਹੋ ਗਿਆ ਕੰਮ ਸਾਡਾ, ਡਿਨਰ ਵਗੈਰਾ ਸਾਡਾ ਸਾਰਾ ਕੁਛ ਹੋ ਗਿਆ, ਰੋਟੀ ਰੋਟੀ ਖਾ ਲਈ, ਸ਼ਾਮੀ ਚਾਹ ਪੀ ਲਈ ਸੀਗੀ, ਚਾਹ ਪੀ ਕੇ ਫਿਰ ਸੂਟ ਸਵੀਟ ਨੇ ਪੇਂਟ ਕੀਤਾ, ਉਹ ਵੀ ਬੜਾ ਵਧੀਆ, ਉਹ ਤੁਹਾਨੂੰ ਦਿਖਾਇਆ ਸੀ ਥੋੜਾ ਜਿਹਾ ਇੱਕ ਵੀਡੀਓ ਦੇ ਵਿੱਚ, ਤੇ ਹੁਣ ਕੱਲ ਨੂੰ ਸੀਊਂਗੀ ਫਿਰ ਦਿਖਾਉਂਗੀ, ਤੇ ਹੁਣ ਅਸੀਂ ਕਰਦੇ ਹਾਂ ਜੀ ਵਲੌਗ ਦਾ ਐਂਡ, ਤੇ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ, ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ, ਸੋ ਟਿਲ ਦੈਨ ਗੁੱਡ ਬਾਏ, ਗੁੱਡ ਨਾਈਟ।